ਪੱਤਰਕਾਰੀ ਦੇ ਰਾਹੀਂ ਮਹਾਰਾਜ ਸਾਹਿਬ ਜੀ ਦੇ ਘਰ ਦੀਆਂ ਸੇਵਾਵਾਂ ਲੈ ਰਹੇ ਆ। ਸੇਵਕ ਤਾਂ ਸੇਵਾ ਬਣ ਆਏ ਹੁਕਮ ਬੋਝ ਕਰ ਉਹਨਾਂ ਨੂੰ ਗੁਰੂ ਘਰ ਦੀ ਬਖਸ਼ਿਸ਼ ਪ੍ਰਾਪਤ ਹੋਈ ਹੈ। ਕਈਆਂ ਦਿਨਾਂ ਤੋਂ ਸਦਾ ਹੀ ਉਹ ਮਹਾਰਾਜ ਦੇ ਘਰ ਦੀ ਸੇਵਾ ਕਰਦੇ ਰਹਿੰਦੇ ਆ ਤੇ ਸਤਿਗੁਰੂ ਸਦਾ ਆਪਣੇ ਘਰ ਦੀਆਂ ਸੇਵਾਵਾਂ ਲੈਂਦੇ ਰਹਿਣ। ਬੋਲੇ ਸੋ ਨਿਹਾਲ ਗੰਭੀਰਾ ਜਿਨ ਸਬਦ ਜਗ ਬੌਰਾਨ ਮਹਾਰਾਜ ਕਹਿੰਦੇ ਸ਼ਬਦ ਤੋਂ ਬਿਨਾਂ ਸਾਰਾ ਜਗ ਬੌਰਾ ਹੈ, ਕਮਲਾ ਹੈ, ਝੱਲਾ ਹੈ, ਸ਼ਬਦ ਵੀ ਸੰਸਾਰ ਦਾ ਗੁਰੂ। ਨੇ ਪੁੱਛਿਆ ਨਾ ਕਿ ਆਪ ਜੀ ਦਾ ਗੁਰੂ ਕੌਣ ਹੈ ਤੇ ਮਹਾਰਾਜ ਨੇ ਆਖਿਆ ਸਿੱਧੋ ਸ਼ਬਦ ਤੇਰੇ ਤੁਰਤ ਧਨ ਚੇਲਾ। ਸਾਡਾ ਗੁਰੂ ਸ਼ਬਦ ਹੈ, ਸ਼ਬਦ ਦੇ ਵਿੱਚ ਜੋ ਸੁਰਤੀ ਨੂੰ ਜੋੜਿਆ ਹੈ ਇਹ ਸ਼ਬਦ ਦੀ ਸੁਰਤ ਦੇ ਵਿੱਚ ਜੋ ਸ਼ਬਦ ਦੀ ਧੁਨ ਦੇ ਵਿੱਚ ਜੋ ਸੁਰਤ ਨੂੰ ਪ੍ਰਸ਼ਾਸਨ ਜਿਨ੍ਹਾਂ ਨੇ ਗੁਰੂ ਮਹਾਰਾਜ ਸਾਹਿਬ ਜੀ ਨੂੰ ਬੜੇ ਸਤਿਕਾਰ ਨਾਲ ਨਮਸਕਾਰ ਕੀਤੇ, ਸਲਾਮੀ ਦਿੱਤੇ, ਸੋ ਸਾਰੇ ਪੁਲਿਸ ਪ੍ਰਸ਼ਾਸਨ ਦਾ ਬਹੁਤ ਬਹੁਤ ਧੰਨਵਾਦ, ਲੱਖ ਲੱਖ ਵਧਾਈਆਂ ਜੋ ਆਪਣੀ ਡਿਊਟੀ ਦੇ ਨਾਲ ਨਾਲ ਮਾਰ ਬੋਲੇ ਸੋ ਨਿਹਾਲ ਧੰਨ ਧੰਨ ਪਿਤਾ ਮਹਿਤਾ ਕਲਿਆਣ ਚੰਦ ਜੀ, ਧੰਨ ਧੰਨ ਮਾਤਾ ਤ੍ਰਿਪਤਾ ਜੀ, ਧੰਨ ਧੰਨ ਬੇਬੇ ਨਾਨਕੀ ਜੀ, ਧੰਨ ਧੰਨ ਭਾਈ ਅਜੈ ਰਾਮ ਜੀ, ਧੰਨ ਧੰਨ ਭਾਈ ਬਾਲਾ ਜੀ, ਧੰਨ ਧੰਨ ਭਾਈ ਮਰਗਾਨਾ ਜੀ, ਧੰਨ ਧੰਨ ਜਿਨੀ ਤੁਧ ਨੂੰ ਧੰਨ ਕਹਿਆ ਤਿੰਨ ਜਮ ਨੇੜ ਨਾ ਆਇਆ, ਧੰਨ ਧੰਨ ਪ੍ਰਗਟ ਭਾਈ ਸਗਲੇ ਜੋਗੇ ਅੰਤਰ ਗੁਰ ਨਾਨਕ ਕੀ ਵਡਿਆਈ। ਵੱਡੇ ਕੀਆਂ ਵਡਿਆਈਆਂ ਕਿਛ ਕਹਿਣਾ ਕਹਿਣ ਨਾ ਜਾ।